ਫੈਕਟਾਂ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਅਸੀਂ ਪਹੁੰਚੇ ਹਾਂ ਲੋਕਾਂ ਦੇ ਵਿਚਕਾਰ, ਲੋਕਾਂ ਦੇ ਰਿਵਿਊਜ਼ ਲੈ ਰਹੇ ਹਾਂ, ਲੋਕਾਂ ਦੇ ਸੁਝਾਵ ਲੈ ਰਹੇ ਹਾਂ ਕਿ ਆਖਿਰ ਡੇਰਾ ਸੱਚਾ ਸੌਦਾ ਕੀ ਸੰਸਥਾ ਹੈ, ਡੇਰਾ ਸੱਚਾ ਸੌਦਾ ਬਾਰੇ ਉਹਨਾਂ ਨੂੰ ਕੀ ਪਤਾ ਹੈ। ਡੇਰਾ ਦੇ ਲੋਕ ਜੋ ਉੱਥੇ ਵਿਚਰ ਰਹੇ ਨੇ ਉਹਨਾਂ ਨਾਲ ਲਾਈਵ ਅਸੀਂ ਬਾਤਚੀਤ ਕਰਨ ਜਾ ਰਹੇ ਹਾਂ, ਪੁੱਛਦੇ ਹਾਂ ਉਹਨਾਂ ਤੋਂ ਡੇਰਾ ਦੀ ਹਿਸਟਰੀ ਦੇ ਬਾਰੇ ਵਿੱਚ। ਮੈਮ ਤੁਹਾਡਾ ਨਾਮ ਕੀ ਹੈ? ਸ਼ਿੰਦਰ ਕੌਰ ਜੀ। ਸ਼ਿੰਦਰ ਕੌਰ ਜੀ, ਤੁਸੀਂ ਕਿੰਨੇ ਸਮੇਂ ਤੋਂ, ਕਿੰਨੇ ਟਾਈਮ ਤੋਂ ਡੇਰਾ ਸੱਚਾ ਸੌਦਾ ਤੋਂ ਲਗਾਤਾਰ ਜਾ ਰਹੇ ਹੋ? ਸਾਨੂੰ 20 ਸਾਲ ਹੋ ਗਏ ਜੀ। ਅੱਜ ਵੀ ਜਾ ਰਹੇ ਹੋ? ਹਾਂ ਜੀ, ਹੁਣ ਵੀ ਜਾਂਦੇ ਹਾਂ। ਇੱਦਾਂ ਹੀ ਜਾਂਦੇ ਰਹੋਗੇ ਆਉਣ ਵਾਲੇ ਟਾਈਮ? ਜਾਂਦੇ ਰਹਾਂਗੇ ਜੀ, ਸਾਡਾ ਮਾਲਕ ਵਾ, ਸਭ ਕੁਛ ਸਾਡਾ ਉਹੀ ਆ, ਜੋ ਕੁਛ ਆ ਉਹੀ ਆ, ਕਹਿੰਦੇ ਆ ਵੀ ਮਾਲਕ ਹੀ ਆ ਸਾਡਾ ਤਾਂ, ਜੋ ਕੁਛ ਆ ਬਸ ਮਾਲਕ ਦੇ ਲਾਲ ਲੱਗੇ ਹੋਏ ਆ। ਜਾਂਦੇ ਹਾਂ, ਜਾ ਕੇ ਮੁੜੇ ਆਉਂਦੇ ਹਾਂ, ਸਿਮਰਨ ਭਜਨ ਕਰਦੇ ਆ, ਸੇਵਾ ਕਰਦੇ ਹਾਂ ਉੱਥੇ, ਅਤੇ ਇਹੀ ਆ ਸਾਡਾ ਤਾਂ ਮਾਲਕ। ਜਿੱਦਾਂ ਕਿ ਅੱਜ ਬਾਬਾ ਰਾਮ ਰਹੀਮ ਸਿੰਘ ਜੀ ਨਹੀਂ ਨੇ ਡੇਰਾ ਦੇ ਵਿੱਚ, ਤਾਂ ਤੁਸੀਂ ਕੀ ਮਤਲਬ ਅੱਜ ਵੀ ਉਹ ਕਾਰਜ ਕਰ ਰਹੇ ਹੋ? ਸਾਰੇ ਉਵੇਂ ਹੀ ਕਾਰਜਕਰਮ ਕਰਦੇ ਹਾਂ ਅਸੀਂ, ਜਿੰਨੇ ਉਹਦੇ ਵਚਨਾਂ 'ਤੇ ਚੱਲਦੇ ਹਾਂ, ਜਿਵੇਂ ਉਹ ਕਹਿੰਦਾ ਉਵੇਂ ਹੀ ਚੱਲਦੇ ਹਾਂ। ਔਰਤਾਂ ਦੇ ਬਾਰੇ ਵਿੱਚ ਜੋ ਮੀਡੀਆ ਨੇ ਦਿਖਾਇਆ ਸੀ ਕਿ ਔਰਤਾਂ ਉੱਥੇ ਸੁਰੱਖਿਅਤ ਨਹੀਂ ਨੇ, ਉੱਥੇ ਉਹਨਾਂ ਦੀ ਸੇਫ ਨਹੀਂ ਨੇ, ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਵੀ ਇੱਕ ਔਰਤ ਹੋ। ਕੋਈ ਨਹੀਂ ਉੱਥੇ ਗੱਲਬਾਤ, ਸਾਰੀਆਂ ਝੂਠੀਆਂ ਹੀ ਨੇ, ਝੂਠੀਆਂ ਲਾਉਂਦੇ ਨੇ ਇਹ, ਝੂਠੀਆਂ ਹੀ ਕਰਦੇ ਨੇ ਜੋ ਗੱਲਾਂ ਕਰਦੇ ਨੇ, ਕੋਈ ਗੱਲਬਾਤ ਨਹੀਂ, ਅਸੀਂ ਜਾਂਦੇ ਹੀ ਰਹਿੰਦੇ ਹਾਂ ਭੈਣ, ਸਾਡੇ ਸਾਰੇ ਪਰਿਵਾਰ ਆ ਜੀ। ਔਰਤਾਂ ਵੀ ਘਰ 'ਚ? ਹਾਂ, ਔਰਤਾਂ ਵੀ ਨੇ, ਮੇਰੀ ਨੂੰਹ ਆ ਇੱਕ, ਉਹ ਵੀ ਬਣਦੀ ਆ, ਬੱਚੇ ਨੇ ਆਪਣੇ, ਸਾਰੇ ਜਾਂਦੇ ਆ। ਇਹ ਵਿਸ਼ਵਾਸ ਤੁਹਾਡਾ ਅੱਜ ਦੇ ਟਾਈਮ 'ਚ ਹੈ, ਇੱਦਾਂ ਰਹੇਗਾ ਜਾਂ ਆਉਣ ਵਾਲੇ ਟਾਈਮ 'ਚ ਡਗਮਗਾ ਜਾਊਗਾ? ਇਹ ਤਾਂ ਆਈ ਰਹੂਗਾ, ਪਿਤਾ ਜੀ ਦਾ ਆਈ ਰਹੂਗਾ, ਬਹੁਤ ਵੱਡੀ ਨੀਚ ਆ ਗਈ, ਨੀਚਾ ਨਾ ਜਾਂਦੇ ਆ, ਦੇਖ ਲਾ ਕੱਲ੍ਹ ਕਿੰਨਾ ਇਕੱਠ ਸੀ ਉੱਥੇ, ਅਸੀਂ ਘਾਹ ਫੂਸ ਕੱਢਦੇ ਹਾਂ ਜੀ ਇਹਦੇ 'ਚ ਫਸਲਾਂ 'ਚੋਂ, ਜੇ ਸੇਵਾ ਜਿਹੜੀ ਸਾਨੂੰ ਲਾ ਦਿੰਦੇ ਉਹੀ ਕਰਦੇ ਹਾਂ ਅਸੀਂ। ਕਿਹਦੇ ਲਈ ਡੇਰਾ ਸੱਚਾ ਸੌਦਾ ਨੇ ਕੀ ਉਪਰਾਲਾ ਕੀਤਾ? ਨਸ਼ੇ ਲਈ ਬਹੁਤ ਕਰਦੇ ਨੇ, ਜੇ ਮੰਨੂ ਸੰਗਤ ਮੰਨੂਗੀ ਫੇਰ ਹੀ ਆ, ਬਹੁਤ ਲੋਕਾਂ ਹਰ ਕੁੜੀਆਂ ਫਾੜੀਆਂ ਬਹੁਤ ਕਢਾਉਂਦੇ ਰਹੇ ਨੇ ਉਹ, ਬਹੁਤ ਜ਼ਿਆਦਾ ਜੇ ਮੰਨਣ ਵਾਲੀ ਗੱਲ ਆ ਤਾਂ ਬਸ ਸਤਿਗੁਰ ਹੀ ਆ।